ਇੱਥੇ ਬੀਜ ਲੈਣ ਆਉਂਦੇ ਹੋ 200-300 ਕਿਲੋਮੀਟਰ ਪੰਜਾਬ ਤੋਂ, ਠੀਕ ਹੈ, ਤੇ ਇੰਨੀ ਦੂਰ ਤੁਸੀਂ ਕਿਉਂ ਬੀਜ ਲੈਣ ਆਉਂਦੇ ਹੋ? ਬੀਜ ਅਸੀਂ ਲੈਣ ਆਉਂਦੇ ਜੀ, ਕੁਆਲਿਟੀ ਅੱਛੀ ਹੈ। ਠੀਕ ਹੈ ਜੀ, ਠੀਕ, ਬੀਜ ਵਧੀਆ ਹੈ। ਪੰਜਾਬ ਦੇ ਜ਼ਿਆਦਾਤਰ ਜਿਹੜੇ ਕਿਸਾਨ ਹੈਗੇ ਆ ਉਹ ਪੂਸਾ 44 ਦਾ ਹੀ ਬੀਜ ਲੈ ਕੇ ਜਾਂਦੇ ਆ, ਤੇ ਤੁਸੀਂ ਪੂਸਾ 44 ਨੂੰ ਇੰਨਾ ਪ੍ਰੈਫਰ ਕਿਉਂ ਕਰਦੇ ਹੋ? ਜਦਕਿ ਦੂਸਰੀਆਂ ਵੀ ਕਾਫੀ ਵਰਾਇਟੀਆਂ ਹੈਗੀਆਂ, ਪਰ ਉਹ ਤੁਸੀਂ ਇੰਨੀ ਨਹੀਂ ਲਾਉਂਦੇ ਹੈਗੇ। ਇਹਦਾ ਝਾੜ ਵੱਧਦਾ ਜੀ? ਝਾੜ ਵੱਧ ਹੈ ਪਰ ਟਾਈਮ ਥੋੜਾ ਜ਼ਿਆਦਾ ਲੈਂਦੀ ਹੈ। ਟਾਈਮ ਚਾਹੇ ਲਈ ਜਾਵੇ ਜੀ, ਸਾਡਾ ਬਾਹਰ ਰੇਟ ਨਹੀਂ ਬਣਦਾ ਜੀ, ਬਾਸਮਤੀ ਦਾ ਰੇਟ ਹੈ ਨਹੀਂ, ਬਾਅਦ ਰੇਟ ਘੱਟ ਜਾਂਦਾ। ਉਹਦਾ ਮੰਡੀ ਕਰਨ ਜੋ ਬਾਸਮਤੀ ਗਾਰੰਟੀ ਆ, ਉਹ ਮੰਡੀ ਕਰਨ ਹੈ ਨਹੀਂ ਲਈ। ਠੀਕ ਹੈ ਜੀ, ਸਰੇਟ ਦੇਗਾ। ਠੀਕ ਠੀਕ, ਤੇ ਇਹਦਾ ਪੂਸਾ ਦਾ ਰੇਟ ਪਕਸ ਹੈ। ਠੀਕ ਹੈ, ਚਾਹੇ ਗਲੀ ਹੋਵੇ ਜਾਂ ਕਾਲੀ ਹੋਵੇ ਚਲੀ ਜਾਏ। ਬਾਸਮਤੀ ਰੇਟ ਬਣਾ, ਜੇ ਤੁਸੀਂ ਦੂਜੀ ਵਰਾਇਟੀ ਲਾਈਏ ਤਾਂ ਤੁਸੀਂ ਕਿਸਾਨ ਜਿਹੜਾ ਹੈ ਲੋਸ ਵਿੱਚ ਰਹਿੰਦਾ। ਬਿਮਾਰੀਆਂ ਕਾ ਪ੍ਰਕੋਪ ਵੀ ਜਿਹੜਾ ਉਹ ਕਾਫੀ ਘੱਟ ਹੁੰਦਾ। 20 ਸਾਲ ਸੇ ਜਿਹੜੀ ਫਾਰਮ ਮੇ ਆਤੇ ਆਪ, ਠੀਕ ਹੈ, ਜਿਹੜਾ ਅਸਾਂ ਵੀ ਦਿੰਦੇ ਆ ਆਪ, ਠੀਕ ਹੈ, ਹਾਂਜੀ, ਇਸ ਲਈ ਅਬ ਤਾਂ ਆਤੇ ਹੈ। ਠੀਕ ਹੈ, ਹਾਂਜੀ, ਤੋ ਜੈਸੇ ਬਾਸਮਤੀ ਕਾ ਰੇਟ ਬਹੁਤ ਮਿਲਤਾ ਹੈ, ਲੇਕਿਨ ਉਸਕੇ ਬਾਵਜੂਦ ਵੀ ਤੁਸੀਂ ਬਾਸਮਤੀ ਕਿਉਂ ਨਹੀਂ ਲਾਉਂਦੇ, ਉਹਨੂੰ ਕਿਉਂ ਨਹੀਂ ਪ੍ਰੈਫਰ ਕਰਦੇ? ਉਹ ਪ੍ਰੈਫਰ ਉਹਨਾਂ ਦੇ ਆਪ ਕੇ ਦੇ ਲਿਆ, ਪਿਛਲਾ ਲੈਂਦੀ ਹੈ, ਘਾਟਾ ਲੱਗ ਜਾਂਦਾ। ਬਾਸਮਤੀ ਦਾ ਜਿਹੜਾ ਰੇਟ ਹੈਗਾ ਉਹ ਸਟੇਬਲ ਨਹੀਂ ਹੈ, ਮਤਲਬ ਇੱਕ ਸਾਲ ਨਹੀਂ ਰਹਿੰਦਾ, ਉਹ ਕਦੇ ਤਾਂ ਬਹੁਤ ਉੱਚੇ ਚਲੇ ਜਾਂਦਾ, ਕਦੇ ਬਹੁਤ ਥੱਲੇ ਆ ਜਾਂਦਾ, ਤਾਂ ਕਰਕੇ ਜਿਹੜਾ ਕਿਸਾਨ ਨੂੰ ਜਿਹੜਾ ਉਹ ਘਾਟਾ ਹੁੰਦਾ ਉਹ ਇੰਨਾ ਜ਼ਿਆਦਾ ਹੁੰਦਾ ਕਿ ਉਹ ਬਰਦਾਸ਼ਤ ਨਹੀਂ ਕਰਦਾ। ਦੇਖੋ ਜੀ, ਬਾਸਮਤੀ ਉਹਨੂੰ ਕਹੋਗੇ ਜਿਹੜੇ ਪੈਸੇ ਜੇਬ ਚ ਪੈਸੇ ਵੱਢ ਕੇ ਘਰੇ ਰੱਖ ਲੈਣੇ ਆ, ਜਦ ਨੂੰ ਰੇਟ ਬਣਦਾ, ਮਤਲਬ ਕਿਸਾਨ ਨੂੰ ਵਪਾਰੀ ਬਣਨਾ ਪੈਂਦਾ, ਕਿਸਾਨ ਨੂੰ ਵਪਾਰੀ ਬਣਨਾ ਪੈ ਗਿਆ ਨਾ, ਜੇ ਉਹ ਘਰ ਸਟੋਰ ਕਰੇਗਾ ਤਾਂ ਵਪਾਰੀ ਬਣਨਾ ਪੈ ਗਿਆ। ਅਸੀਂ ਅੱਜ ਵੇਚ ਗਏ ਅਸੀਂ ਠੇਕਾ ਮੋੜਨਾ, ਤੇ ਵਪਾਰੀ ਬਣਨ ਦੀ ਸ਼ਮਤਾ ਉਹਦੇ ਵਿੱਚ ਹੈਗੀ ਨਹੀਂ ਫਾਰਮਰ ਦੇ ਵਿੱਚ, ਜਾਂ ਤਾਂ ਗੌਰਮੈਂਟ ਉਹਨੂੰ ਕੋਈ ਸਟੋਰੇਜ ਦੀ ਜਾਂ ਜਿਹੜੀ ਉਹਦੀ ਬਾਸਮਤੀ ਹੈ ਉਹਦੇ ਉੱਤੇ ਉਹਨੂੰ ਪੈਸਾ ਦੇਵੇ, ਤਾਂ ਮਤਲਬ ਉਹਨੂੰ ਕੁਛ ਰਿਐਕਟ ਸਹੂਲਤਾਂ ਦੇਵੇ, ਤਾਂ ਹੀ ਕੁਛ ਗੱਲ ਬਣ ਸਕਦੀ ਹੈ ਬਈ ਬਾਸਮਤੀ ਦੀ, ਨਹੀਂ ਤਾਂ ਬਾਸਮਤੀ ਵਿੱਚ ਜਿਹੜਾ ਹੈ ਉਹ ਘਾਟਾ ਜ਼ਿਆਦਾ ਪੈਂਦਾ ਜੀ। ਹਾਂ, ਠੀਕ ਹੈ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦੂਰ ਤੋਂ ਸੀਡ ਲੈਣ ਆਏ।